ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਵਿਚਾਰ ਕਰਾਂਗੇ, ਜਿਹੜੇ ਲੋਕ ਬਹੁਤ ਜ਼ਿਆਦਾ ਬੋਲਦੇ ਆ ਤੇ ਆਪਾਂ ਜਾਣਦੇ ਆ ਵੀ ਇਹ ਲੋਕਾਂ ਨੂੰ ਚੁੱਪ ਰਹਿਣ ਦੀ ਤਾਕਤ ਦਾ ਪਤਾ ਨਹੀਂ ਹੁੰਦਾ, ਇਸ ਕਰਕੇ ਬਹੁਤ ਜ਼ਿਆਦਾ ਬੋਲਦੇ ਆ। ਤੇ ਗੁਰਬਾਣੀ ਵਿੱਚ ਵੀ ਪੰਕਤੀਆਂ ਆਉਂਦੀਆਂ ਕਿ ਜਿਹੜੇ ਬਿਨਾਂ ਵਜ੍ਹਾ ਬੋਲਦੇ ਆ, ਇਹ ਵੀ ਇੱਕ ਤਰ੍ਹਾਂ ਦਾ ਪਾਪ ਹੀ ਹੁੰਦਾ, ਅਬਾ ਤਬਾ ਬੋਲੀ ਜਾਣਾ, ਬਿਨਾਂ ਵਜ੍ਹਾ ਬੋਲੀ ਜਾਣਾ। ਤੇ ਆਓ ਮੈਂ ਤੁਹਾਨੂੰ ਇੱਥੇ ਇੱਕ ਛੋਟੀ ਜਿਹੀ ਕਹਾਣੀ ਸੁਣਾਵਾਂਗਾ ਜਿਹੜੀ ਕਿ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ। ਇੱਕ ਪਤੀ ਪਤਨੀ ਦੀ ਕਹਾਣੀ ਆ ਇਹ। ਉਹ ਨਾ ਪਤੀ ਜਿਹੜਾ ਸੀ ਆਪਦੀ ਪਤਨੀ ਤੋਂ ਬਹੁਤ ਜ਼ਿਆਦਾ ਦੁਖੀ ਸੀਗਾ। ਉਹਦੇ ਨਾਲ ਲੜਦੀ ਰਹਿੰਦੀ, ਉਹਨੂੰ ਬੋਲਦੀ ਰਹਿੰਦੀ ਅਬਾ ਤਬਾ। ਆਪਾਂ ਵੇਖਦੇ ਹਾਂ ਅੱਜ ਵੀ ਕਈ ਔਰਤਾਂ ਹੁੰਦੀਆਂ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਮਰਦਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਬੋਲਣਾ ਚਾਹੀਦਾ, ਤਮੀਜ਼ ਨਹੀਂ ਹੁੰਦੀ। ਬਹੁਤ ਝਗੜਾਲੂ ਸੀਗੀ ਤੇ ਉਹ ਦੁਖੀ ਹੋ ਗਏ ਨਾ ਬੰਦਾ ਵਿਚਾਰਾ। ਇੱਕ ਮਹਾਤਮਾ ਜੀ ਆਏ ਹੋਏ ਸੀ ਪਿੰਡ, ਕਿਸੇ ਨੇ ਦੱਸ ਦਿੱਤਾ ਵੀ ਉਹ ਤੇਰੀ ਸਮੱਸਿਆ ਦਾ ਹੱਲ ਕਰਨਗੇ। ਤੇ ਉਹ ਉੱਥੇ ਚਲਾ ਗਿਆ ਤੇ ਉੱਥੇ ਜਾ ਕੇ ਤਾਂ ਉਹਨੇ ਨਾ ਆਪਦੀ ਜਿਹੜੀ ਸਮੱਸਿਆ ਸੀ ਸੰਤਾਂ ਨੂੰ ਦੱਸੀ ਕਿ ਇਸ ਤਰ੍ਹਾਂ ਵੀ ਮੇਰੀ ਘਰ ਵਾਲੀ ਮੇਰੇ ਨਾਲ ਬਹੁਤ ਲੜਦੀ ਆ, ਬਿਨਾਂ ਵਜ੍ਹਾ ਮੈਨੂੰ ਬੋਲਦੀ ਰਹਿੰਦੀ ਆ, ਅਵਾ ਤਬਾ ਬੋਲਦੀ ਰਹਿੰਦੀ, ਮੈਂ ਕੀ ਕਰਾਂ, ਕਿੱਧਰ ਨੂੰ ਜਾਵਾਂ, ਮੇਰੀ ਸਮੱਸਿਆ ਦਾ ਹੱਲ ਹੀ ਕਰ ਦਿਓ। ਇੱਥੇ ਫਿਰ ਅਸੀਂ ਵੇਖਦੇ ਹਾਂ ਵੀ ਮਹਾਤਮਾ ਜੀ ਉਹਨੂੰ ਕਹਿੰਦੇ ਵੀ ਤੈਨੂੰ ਸਿੱਖਿਆ ਦੇਣ ਲਈ ਮੈਂ ਇੱਕ ਕਹਾਣੀ ਸੁਣਾਵਾਂਗਾ ਅੱਗੇ, ਉਹ ਤੂੰ ਗੌਰ ਦੇ ਨਾਲ ਸੁਣੀ, ਫਿਰ ਤੈਨੂੰ ਤੇਰੀ ਸਮੱਸਿਆ ਦਾ ਹੱਲ ਮਿਲ ਜਾਵੇਗਾ। ਉਹਨਾਂ ਕਿਹਾ ਲੈ ਇਹ ਕਹਾਣੀ ਤੂੰ ਹੁਣ ਸੁਣਨੀ ਕਰ ਮਿੱਤਰ ਪਿਆਰੇ, ਫਿਰ ਤੇਰੀ ਜਿਹੜੀ ਇਹ ਸਮੱਸਿਆ ਫਿਰ ਹੀ ਹੱਲ ਹੋਣੀ ਆ। ਕਿਉਂਕਿ ਇੱਕ ਨਿੱਕੀ ਜਿਹੀ ਕਹਾਣੀ ਦੇ ਵਿੱਚ ਸਾਡੀ ਜ਼ਿੰਦਗੀ ਬਦਲਣ ਦੀ ਤਾਕਤ ਹੁੰਦੀ ਆ। ਦੀ ਵਨ ਸਟੋਰੀ ਕੈਨ ਚੇਂਜ ਯੂਅਰ ਲਾਈਫ। ਗੁਰਮੁਖ ਪਿਆਰਿਓ, ਉਹਨਾਂ ਨੇ ਕਹਾਣੀ ਇਉਂ ਸੁਣਾਈ ਕਿ ਇੱਕ ਮਹਾਤਮਾ ਜੀ ਸੀਗੇ, ਉਹਨਾਂ ਦੇ ਆਸ਼ਰਮ ਦੇ ਵਿੱਚ ਬਹੁਤ ਸਾਰੇ ਚੇਲੇ ਰਹਿੰਦੇ ਸੀ। ਇੱਕ ਚੇਲਾ ਸੀ, ਉਹ ਪਿੰਡ 'ਚ ਜਾਂਦਾ ਸੀ ਤੇ ਪਿੰਡੋਂ ਜਿਹੜੀਆਂ ਲੋਕਾਂ ਦੀਆਂ ਕਹਾਣੀਆਂ ਲਿਆ ਕੇ ਆਪਣੇ ਨਾਲ ਦੇ ਮਿੱਤਰਾਂ ਨੂੰ ਸੁਣਾਇਆ ਕਰਦਾ ਸੀਗਾ। ਤੇ ਇੱਕ ਦੂਜੇ ਦੀ ਗੱਲ ਦੂਜੇ ਕੋਲ ਕਰ ਦਿਆ ਕਰੇ, ਦੂਜੇ ਦੀ ਤੀਜੇ ਕੋਲੇ, ਆਪਦੇ ਆਪ ਨੂੰ ਬੜਾ ਸਿਆਣਾ ਸਮਝਦਾ ਸੀਗਾ ਤੇ ਬਾਕੀਆਂ ਨੂੰ ਕਹਿੰਦਾ ਸੀ ਇਹਨਾਂ ਨੂੰ ਕੋਈ ਪਤਾ ਨਹੀਂ। ਇਹ ਵੀ ਕਹਿੰਦਾ ਰਹਿੰਦਾ ਸੀ ਮੈਂ ਅਮੀਰ ਘਰ ਦਾ ਮੁੰਡਾ ਵਾਂ ਤੇ ਕੋਠੀਆਂ ਕਾਰਾਂ ਛੱਡ ਕੇ ਨਾ ਮੈਂ ਇੱਕ ਭਿਕਸ਼ੂ ਬਣਿਆ। ਬੜਾ ਹੀ ਉਹਨੂੰ ਮਾਣ ਸੀਗਾ। ਇਧਰੋਂ ਉਧਰ ਗੱਲ ਕਰਨੀ, ਇੱਕ ਇਸਤਰੀਆਂ ਦੇ ਵਾਂਗ ਬਣ ਗਿਆ ਸੀ ਉਹਦਾ ਸੁਭਾਅ, ਗੱਲ ਨਹੀਂ ਸੀ ਉਹਦੇ ਢਿੱਡ ਵਿੱਚ ਹਜ਼ਮ ਹੁੰਦੀ। ਤੇ ਚੇਲੇ ਉਹਦੇ ਤੋਂ ਨਾਲ ਦੇ ਜਿਹੜੇ ਦੋਸਤ ਮਿੱਤਰ ਸੀ ਪਰੇਸ਼ਾਨ ਹੋਏ ਪਏ ਸੀ ਕਿਉਂਕਿ ਉਹਨੇ ਕੋਈ ਵੀ ਗੱਲ ਸੁਣਨੀ ਆ ਤੇ ਆ ਕੇ ਤੇ ਉੱਥੇ ਇੱਕ ਦੂਜੇ ਦੇ ਕੰਨ ਭਰਨੇ ਸ਼ੁਰੂ ਕਰ ਦੇਣੇ। ਇਹ ਗੱਲ ਮਹਾਤਮਾ ਨੂੰ ਹੌਲੀ ਹੌਲੀ ਪਤਾ ਲੱਗੀ ਆ। ਉਹਨਾਂ ਨੇ ਇੱਕ ਦਿਨ ਇੱਕ ਸੁਝਾਅ ਮਨ ਦੇ ਵਿੱਚ ਲਿਆਂਦਾ ਵੀ ਇਹਨੂੰ ਕਿਵੇਂ ਬਦਲਿਆ ਜਾਵੇ, ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਆ ਉਹ ਬੰਦੇ ਦਾ ਜੀਵਨ ਬਦਲ ਦਿੰਦੇ ਆ। ਉਹਨਾਂ ਕੀ ਕੀਤਾ, ਸਾਰੇ ਚੇਲਿਆਂ ਨੂੰ ਇਕੱਠੇ ਕਰ ਲਿਆ, ਬਿਠਾ ਲਿਆ, ਕਹਿਣ ਲੱਗੇ ਮੈਂ ਸਾਰਿਆਂ ਨੂੰ ਕਹਿੰਦਾ ਵੀ ਇੱਕ ਇੱਕ ਸੰਕਲਪ ਚੁਣੋ ਵੀ ਆਹ ਕੰਮ ਤੁਸੀਂ ਕਰਨਾ ਹੀ ਕਰਨਾ, ਜੇ ਨਾ ਕਰ ਸਕੋ ਫਿਰ ਆਪਦੇ ਆਪ ਨੂੰ ਸਮਝ ਲਿਓ ਵੀ ਅਸੀਂ ਭਿਕਸ਼ੂ ਨਹੀਂ ਹੈਗੇ, ਅਸੀਂ ਅਜੇ ਆਪਦਾ ਮਨ ਜਿਹੜਾ ਜਿੱਤਿਆ ਹੀ ਨਹੀਂ। ਫਿਰ ਸਾਰੇ ਕਹਿਣ ਲੱਗੇ ਵੀ ਤੁਸੀਂ ਦੱਸੋ ਕਿਹੜਾ ਸੰਕਲਪ ਅਸੀਂ ਕਰੀਏ। ਉਹ ਕਹਿੰਦੇ ਨਹੀਂ ਤੁਸੀਂ ਚੁਣੋ, ਇਹ ਨਾ ਹੋਵੇ ਮੈਂ ਤੁਹਾਨੂੰ ਕੋਈ ਚੀਜ਼ ਕਹਿ ਦਾਂ ਕਰਨ ਨੂੰ ਤੇ ਤੁਸੀਂ ਕੁਝ ਕਰ ਹੀ ਨਾ ਸਕੋ। ਫਿਰ ਇਹਨਾਂ ਦੇ ਵਿੱਚੋਂ ਇਹ ਚੇਲਾ ਮਹਾਤਮਾ ਕੋਲ ਆਇਆ, ਉੱਠ ਕੇ ਕਹਿਣ ਲੱਗਾ ਜੀ ਮੈਨੂੰ ਦਵੋ ਕੋਈ ਸੰਕਲਪ, ਉਹ ਮੈਂ ਪੂਰਾ ਕਰੂੰਗਾ। ਮਹਾਤਮਾ ਨੇ ਬੜਾ ਕਿਹਾ ਵੀ ਮੈਂ ਦੇ ਦੂੰਗਾ ਤੇ ਇੱਥੋਂ ਪੂਰਾ ਨਹੀਂ ਹੋਣਾ, ਤੂੰ ਆਪ ਹੀ ਦੱਸ ਦੇ ਵੀ ਤੂੰ ਕੀ ਕਰਨ ਜੋਗਾ। ਫਿਰ ਉਹ ਕਹਿੰਦਾ ਨਹੀਂ ਨਹੀਂ ਜੀ ਤੁਸੀਂ ਦੱਸ ਦੋ। ਫਿਰ ਮਹਾਤਮਾ ਨੇ ਕਿਹਾ ਵੀ ਤੂੰ ਇੱਕ ਮਹੀਨਾ ਚੁੱਪ ਰਹਿਣਾ, ਬੋਲਣਾ ਹੀ ਨਹੀਂ। ਕਹਿਣ ਲੱਗਾ ਲੈ ਜੀ ਇਹ ਕਿੱਡਾ ਕੰਮ ਆ,
ਤੇ ਇਹ ਤਾਂ ਬੜਾ ਸੌਖਾ ਕੰਮ। ਇੱਕ ਮਹੀਨਾ ਚੁੱਪ ਰਹਿਣਾ ਕਿੱਡੀ ਕੁ ਗੱਲ ਆ, ਦੇਖਿਓ ਮੈਂ ਚੁੱਪ ਰਹਿ ਲੂੰਗਾ। ਹੁਣ ਇਹ ਕਹਿ ਕੇ ਉੱਥੋਂ ਚਲਾ ਜਾਂਦਾ ਤੇ ਚੁੱਪ ਰਿਹਾ ਇਹ। ਇੱਕ ਦਿਨ ਚੁੱਪ ਰਿਹਾ, ਇਹਨੂੰ ਲੱਗਾ ਵੀ ਕੋਈ ਗੱਲ ਨੀ, ਪਰ ਇਹਦੀ ਆਦਤ ਪੱਕੀ ਹੋਈ ਸੀ। ਉਹੀ ਪੁਰਾਣੀਆਂ ਆਦਤਾਂ ਜਦੋਂ ਬੁੱਢੀਆਂ ਹੋ ਜਾਂਦੀਆਂ ਬਦਲਣਾ ਔਖਾ ਹੋ ਜਾਂਦਾ ਇਹਨਾਂ ਨੂੰ। ਇਹਦੀ ਫਿਰ ਵਾਰ ਵਾਰ ਵਤਵਾ ਬੋਲਣ ਦੀ ਆਦਤ, ਨਿੰਦਿਆ ਚੁਗਲੀ ਕਰਨ ਦੀ ਆਦਤ ਪਈ ਹੋਈ ਸੀ ਇਹਨੂੰ, ਇੱਕ ਦੂਜੇ ਨੂੰ ਨਿੰਦਣ ਦੀ ਆਦਤ ਪਈ ਹੋਈ ਸੀ। ਇਹ ਹੁਣ ਢਿੱਡ ਵਿੱਚ ਗੱਲ ਜਿਹੜੀ ਆ ਪਚਦੀ ਨੀ ਸੀਗੀ, ਉਹ ਫਿਰ ਲੱਡੂ ਫੁੱਟ ਰਹੇ ਸੀ ਅੰਦਰ ਕਿ ਕਦੋਂ ਦੱਸਾਂ। ਇੱਕ ਦਿਨ ਇਹਨੂੰ ਸੌਖਾ ਹੀ ਲੱਗਾ ਵੀ ਚੁੱਪ ਰਹਿਣਾ, ਚੱਲ ਕੋਈ ਗੱਲ ਨੀ। ਦੂਜੇ ਦਿਨ ਬੜਾ ਕੰਮ ਔਖਾ ਲੱਗੇ। ਤਾਂ ਇਹ ਮਹਾਰਾਜ ਜੀ ਵੀ ਕਹਿੰਦੇ ਆ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਕੁਝ ਲੋਕਾਂ ਨੂੰ ਪਤਾ ਨੀ ਹੁੰਦਾ ਵੀ ਜਿੱਥੇ ਸਾਡੀ ਬੋਲ ਬਾਣੀ ਦਾ ਸਤਿਕਾਰ ਨੀ ਨਾ ਹੁੰਦਾ, ਉੱਥੇ ਚੁੱਪ ਰਹਿਣਾ ਹੀ ਠੀਕ ਹੁੰਦਾ। ਇਹ ਤਾਂ ਅਵਾ ਤਵਾ ਬੋਲੀ ਜਾਣਾ, ਝੂਠ ਬੋਲੀ ਜਾਣਾ, ਇਸ ਤਰ੍ਹਾਂ ਇਹ ਇੱਕ ਪਾਪ ਹੁੰਦੇ ਆ, ਜੀਭ ਬਹੁਤ ਪਾਪ ਕਰਦੀ ਆ। ਤਾਂ ਰਹੋ ਵਿਚਾਰ, ਇਹ ਨਾ ਇੱਕ ਦਿਨ ਚੁੱਪ ਰਿਹਾ, ਦੂਜੇ ਦਿਨ ਤਾਂ ਲੱਡੂ ਫੁੱਟਣ ਲੱਗ ਗਏ ਅੰਦਰ ਵੀ ਮੈਂ ਕਦੋਂ ਦੱਸਾਂ। ਜਿਵੇਂ ਕਈ ਬੀਬੀਆਂ ਵੀ ਹੁੰਦੀਆਂ ਨਾ, ਉਹਨਾਂ ਨੂੰ ਤਾਂ ਇਹ ਹੁੰਦਾ ਵੀ ਦੱਸ ਦਈਏ ਗੱਲ ਹੁਣ ਆਪਾਂ ਜਦੋਂ ਪਤਾ ਲੱਗੇ। ਹੁਣ ਹੌਲੀ ਹੌਲੀ ਉਹਦੇ ਤੇ ਚੁੱਪ ਰਹਿਣ ਕਰਕੇ ਮਨ ਤੇ ਬੋਝ ਬਣ ਗਿਆ, ਭਾਰ ਪੈ ਗਿਆ, ਬਿਮਾਰ ਰਹਿਣ ਲੱਗ ਗਿਆ, ਸਿਰ ਦੁਖਣ ਲੱਗ ਗਿਆ। ਹੁਣ ਆਦਤ ਜਿਹੜੀ ਪੱਕ ਜੇ ਨਾ ਗੁਰਮੁਖ ਪਿਆਰਿਓ, ਬੁਰੀ ਆਦਤ, ਉਹਨੂੰ ਢਾਉਣਾ ਬਹੁਤ ਔਖਾ ਹੋ ਜਾਂਦਾ ਬਾਅਦ ਚ। ਇਹੀ ਇਹਦੇ ਨਾਲ ਬੀਤੀ ਆ, ਇਸ ਤਰ੍ਹਾਂ ਹੀ ਇਹਦੇ ਨਾਲ ਹੋਇਆ। ਫਿਰ ਇਹਨੇ ਕੀ ਕੀਤਾ, ਮਹਾਤਮਾ ਜੀ ਕੋਲ ਗਿਆ, ਮਹਾਂਪੁਰਖਾਂ ਕੋਲ। ਇੱਕ ਨਾ ਕਾਗਜ਼ ਲੈ ਲਿਆ, ਬੋਲਣਾ ਤਾਂ ਇਹਨੇ ਹੈ ਨੀ ਸੀਗਾ, ਲੈ ਕੇ ਗਿਆ ਵੀ ਮੈਂ ਬੋਲਣਾ ਚਾਹੁੰਦਾ, ਮੇਰਾ ਸਿਰ ਦੁਖਦਾ, ਵੀ ਕਿਰਪਾ ਕਰੋ, ਇਹ ਸੰਕਲਪ ਪੂਰਾ ਕਰਨਾ ਔਖਾ ਲੱਗਦਾ ਮੈਨੂੰ, ਮੈਂ ਤਾਂ ਬਿਮਾਰ ਹੋ ਰਿਹਾ, ਮੇਰਾ ਤਾਂ ਸਿਰ ਦੁਖਦਾ, ਪੀੜ ਹੁੰਦੀ ਆ। ਫਿਰ ਮਹਾਤਮਾ ਜੀ ਨੇ ਇਹਨੂੰ ਸਮਝਾਇਆ ਵੀ ਦੇਖ ਭਾਈ, ਵੀ ਅੱਜ ਤੋਂ ਏਡੀ ਨਿੱਕੀ ਗੱਲ ਨੀ ਪੂਰੀ ਕਰ ਸਕਦਾ, ਏਡਾ ਕੁ ਸੰਕਲਪ, ਕੱਲ ਨੂੰ ਤੇਰੀ ਜ਼ਿੰਦਗੀ ਅੱਗੇ ਆਉਣ ਵਾਲੇ ਸਮੇਂ ਵਿੱਚ ਮੁਸ਼ਕਲਾਂ ਆਉਣਗੀਆਂ। ਇਹ ਜ਼ਿੰਦਗੀ ਆ, ਇਹ ਮਾਂ ਨਹੀਂ ਜਿਹੜੀ ਦੁੱਖ ਨਹੀਂ ਦਊਗੀ। ਜ਼ਿੰਦਗੀ ਅਵਸਰ ਹੁੰਦੀ ਆ, ਆਪਦੀ ਮਰਜ਼ੀ ਕਰਦੀ ਆ, ਦੁੱਖ ਸੁੱਖ ਆਉਂਦੇ ਇਹਦੇ ਵਿੱਚ, ਵੀ ਤੂੰ ਕਿਵੇਂ ਆਪਦੀ ਜ਼ਿੰਦਗੀ ਵਿੱਚ ਭਾਈ ਅੱਗੇ ਵਧੇਗਾ, ਕੀ ਕਰੇਗਾ। ਤਾਂ ਉਦੋਂ ਫਿਰ ਇਹਨੂੰ ਮਹਾਤਮਾ ਨੇ ਬੋਲ ਕੇ ਕਿਹਾ ਵੀ ਤੂੰ ਆਪਦਾ ਸੰਕਲਪ ਪੂਰਾ ਕਰ ਭਾਈ। ਹੁਣ ਫਿਰ ਇਹਨਾਂ ਨਿਰਾਸ਼ ਜਿਹਾ ਹੋ ਕੇ, ਬੋਲ ਤਾਂ ਸਕਦਾ ਨੀ ਸੀਗਾ, ਆਪਦੀ ਕੁਟੀਆ ਦੇ ਵਿੱਚ ਉੱਥੇ ਕਮਰੇ ਵਿੱਚ ਆ ਗਿਆ, ਉੱਥੇ ਚੁੱਪ ਚੁੱਪ ਰਹਿਣ ਲੱਗ ਗਿਆ, ਕਿਉਂਕਿ ਵਾਅਦਾ ਕੀਤਾ ਸੀ ਨਹੀਂ ਬੋਲਾਂਗਾ ਇੱਕ ਮਹੀਨਾ। ਉੱਥੇ ਫਿਰ ਉਹ ਇਕੱਲਾ ਰਹਿਣ ਲੱਗ ਗਿਆ ਤੇ 15 ਦਿਨ ਬੀਤ ਗਏ ਚੁੱਪ ਰਿਹਾ। 15 ਦਿਨ ਬੀਤਣ ਤੋਂ ਬਾਅਦ ਫਿਰ ਮੁੜਿਆ ਮਹਾਤਮਾ ਕੋਲੇ, ਕਾਗਜ਼ ਤੇ ਲਿਖ ਕੇ ਦਿੱਤਾ ਵੀ 15 ਦਿਨ ਮੇਰੇ ਪੂਰੇ ਹੋ ਗਏ ਆ, ਕਿਰਪਾ ਕਰੋ ਮੇਰੇ ਤੇ ਹੁਣ ਤਾਂ ਮੈਂ ਆਪਦਾ ਸੰਕਲਪ ਤੋੜਦਾ। ਮਹਾਤਮਾ ਜੀ ਨੇ ਬੋਲ ਕੇ ਦੱਸਿਆ ਵੀ ਨਹੀਂ, ਅਜੇ ਵੀ 15 ਦਿਨ ਤੇਰੇ ਬਾਕੀ ਆ। ਫਿਰ ਇਹਨੇ ਕਾਗਜ਼ ਤੇ ਲਿਖਿਆ ਹੋਇਆ ਸੀ ਵੀ ਮਨ ਮੇਰਾ ਬੋਲੀ ਜਾਂਦਾ ਰਹਿੰਦਾ, ਮੈਂ ਭਾਵੇਂ ਬਾਹਰੋਂ ਚੁੱਪ ਆ, ਇਵੇਂ ਹੁੰਦਾ ਆਪਾਂ ਵੇਖਦੇ ਆ, ਆਪਾਂ ਬੈਠ ਜਾਂਦੇ ਆ ਚੁੱਪ ਚਾਪ, ਪਰ ਮਨ ਜਿਹੜਾ ਨਾ ਇਹ ਬੋਲੀ ਜਾਂਦਾ ਰਹਿੰਦਾ, ਬੋਲੀ ਜਾਂਦਾ ਰਹਿੰਦਾ, ਹਟਦਾ ਹੀ ਨੀ। ਇਵੇਂ ਉਹਨੇ ਕਾਗਜ਼ ਤੇ ਲਿਖਿਆ, ਮੈਂ ਦੁਖੀ ਬਹੁਤ ਹਾਂ, ਵੀ ਤਾਂ 1 ਸੈਕਿੰਟ ਵੀ ਨੀ ਚੁੱਪ ਕਰਕੇ ਬਹਿੰਦਾ, ਭਾਵੇਂ ਮੈਂ ਮੇਰੀ ਜੀਭ ਨੀ ਬੋਲਦੀ, ਮਨ ਤਾਂ ਬੋਲ ਰਿਹਾ ਨਾ। ਤਾਂ ਉਦੋਂ ਫਿਰ ਮਹਾਤਮਾ ਨੇ ਕਿਹਾ, ਭਾਈ ਹਜੇ ਤੇਰੇ 15 ਦਿਨ ਬਾਕੀ ਆ, ਤੇ ਤੇਰਾ ਲਿਖਿਆ ਹੋਇਆ ਮੈਂ ਪੜ੍ਹ ਲਿਆ, ਹੁਣ ਤੂੰ 15 ਦਿਨ ਹੋਰ ਕੱਢ, ਕਿਵੇਂ ਨਾ ਕਿਵੇਂ ਆਪਦਾ ਸੰਕਲਪ ਪੂਰਾ ਕਰ, ਮਨ ਤੇ ਜਿੱਤ ਪਾ। ਇਹੀ ਮਨ ਤੇ ਜਿੱਤ ਆ, ਤੇ ਮਨ ਜਿੱਤੇ ਜਗ ਜੀਤ, ਮਨ ਤੇ ਜਿੱਤ ਪਈ ਹੋਈ ਤੇ ਬੰਦੇ ਦੇ ਆਪਾਂ ਕਹਿ ਸਕਦੇ ਆ ਦੁਨੀਆਂ ਤੇ ਜਿੱਤ ਆ, ਮਨ ਰਿਪ ਜੀਤੇ ਸਭ ਰਿਪ ਜੀਤੇ। ਫੇਰ ਨਾ ਇਹ ਜੰਗਲ ਚ ਚਲਾ ਗਿਆ, ਇਹਨੂੰ ਪਤਾ ਲੱਗ ਗਿਆ ਵੀ ਇੱਥੇ ਲੋਕ ਕੰਨਾਂ ਚ ਆਵਾਜ਼ਾਂ ਪੈਂਦੀਆਂ ਉਹਨਾਂ ਦੀਆਂ ਮੇਰੇ, ਤੇ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ,
ਕਿਵੇਂ ਨਾ ਕਿਵੇਂ ਮੈਂ ਨਾ ਹੁਣ ਜੰਗਲ ਚ ਜਾਂਦਾ, ਜੰਗਲ ਚ ਚਲਾ ਗਿਆ, ਮੁੜਿਆ ਹੀ ਨੀ। 15 ਦਿਨ 20 ਦਿਨ ਲੰਘ ਗਏ, ਨਾਲ ਦੇ ਸਾਥੀ ਕਹਿੰਦੇ ਕੋਈ ਸ਼ੇਰ ਬਘਿਆੜ ਇਹਨੂੰ ਖਾ ਗਿਆ, ਜੰਗਲੀ ਜਾਨਵਰ, ਇਹ ਨੀ ਮੁੜਦਾ। ਹੁਣ ਨਾਲ ਦੇ ਜਿਹੜੇ ਚੇਲੇ ਸੀ ਨਾ ਉਥੇ ਰਹਿੰਦੇ ਸਾਥੀ ਇਹਦੇ, ਕਹਿੰਦੇ ਭਾਈ ਇੰਨਾ ਬੋਲਣ ਵਾਲਾ ਬੰਦਾ ਕਿੱਧਰ ਚਲਾ ਗਿਆ, ਵੀ ਇੱਕ ਸੈਕਿੰਡ ਨੀ ਸੀ ਜਿਹੜਾ ਚੁੱਪ ਕਰਕੇ ਬਹਿ ਸਕਦਾ, ਕਿੱਧਰ ਗਿਆ ਹੁਣ। ਮਹਾਤਮਾ ਨੂੰ ਕਹਿੰਦੇ ਜੀ ਉਹਨੂੰ ਤਾਂ ਕੋਈ ਸ਼ੇਰ ਬਘਿਆੜ ਕੋਈ ਖਾ ਗਿਆ ਹੋਊਗਾ। ਮਹਾਤਮਾ ਜੀ ਸੀਗੇ ਪੁੱਜੇ ਹੋਏ, ਉਹ ਕਹਿਣ ਲੱਗੇ ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਅਸਲ ਦੇ ਵਿੱਚ ਤਾਂ ਕਿਤੇ ਇਹ ਤਾਂ ਨੀ ਜਿਹੜੀ ਚੀਜ਼ ਨੂੰ ਖੋਜਣ ਗਿਆ ਸੀ ਉਹਨੂੰ ਮਿਲ ਗਈ ਹੋਵੇ। ਮੰਨਦੇ ਆ ਉਹ ਬੋਲਦਾ ਬਹੁਤ ਸੀਗਾ, ਤੇ ਬੋਲਣ ਦੇ ਨਾਲ ਬਹੁਤ ਦੁੱਖ ਪੈਦਾ ਹੁੰਦੇ ਆ। ਕਈ ਵਾਰੀ ਬੰਦਾ ਬੇਵਜ੍ਹਾ ਬੋਲੀ ਜਾਂਦਾ, ਮੂੰਹੋਂ ਕੱਢ ਦਿੰਦਾ, ਤੇ ਉਹ ਫਿਰ ਰਿਸ਼ਤਾ ਵੀ ਟੁੱਟ ਜਾਂਦਾ, ਤੜਕ ਜਾਂਦਾ। ਇਵੇਂ ਆਪਾਂ ਵੇਖਦੇ ਆ ਵੀ ਬਹੁਤ ਹੀ ਬੋਲ ਬਾਣੀ ਦੇ ਨਾਲ ਹੀ ਅਸੀਂ ਕਿਸੇ ਦੇ ਨੇੜੇ ਹੁੰਦੇ ਆ, ਚੰਗੀ ਬੋਲ ਬਾਣੀ ਨਾਲ। ਅਵਾ ਤਵਾ ਬੋਲਣ ਨਾਲ ਰਿਸ਼ਤੇ ਟੁੱਟ ਜਾਂਦੇ। ਬੋਲ ਬਾਣੀ ਗੱਲਬਾਤ ਇਹੀ ਰਿਸ਼ਤਾ ਹੁੰਦੀ ਆ। ਆਪਾਂ ਕਹਿੰਦੇ ਆ ਕਿ ਹੁਣ ਸਾਡੀ ਉੱਥੇ ਬੋਲ ਚਾਲ ਬੰਦ ਆ, ਮਤਲਬ ਸਾਡਾ ਰਿਸ਼ਤਾ ਨੀ ਉਹਦੇ ਨਾਲ ਰਿਹਾ। ਆਪਾਂ ਕਹਿੰਦੇ ਮੈਂ ਨੀ ਬੋਲਦਾ ਉਹਦੇ ਨਾਲ, ਮਤਲਬ ਰਿਸ਼ਤਾ ਖਤਮ। ਚੰਗਾ ਰਿਸ਼ਤਾ ਬਣਾਉਣ ਲਈ ਚੰਗੀ ਬੋਲ ਬਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਮਹਾਤਮਾ ਜੀ ਉਹ ਕਹਿਣ ਲੱਗੇ, ਉਹ ਜਿਹੜਾ ਚੇਲਾ ਵਾ ਉਹਨਾਂ ਦਾ, ਵੀ ਇਹਨੂੰ ਕੁਝ ਉਹ ਚੀਜ਼ ਮਿਲ ਗਈ ਜੰਗਲ ਵਿੱਚ ਜਿਹੜੀ ਇਹ ਲੱਭਣ ਗਿਆ ਸੀ, ਤਾਂ ਹੀ ਨੀ ਮੁੜਿਆ। ਨਹੀਂ ਤਾਂ ਇਹਨੇ ਆ ਕੇ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ, ਇੱਕ ਦੂਜੇ ਦੀ ਨਿੰਦਿਆ ਕਰਨੀ ਸੀ, ਤੇ ਇੱਕ ਦੂਜੇ ਦੀਆਂ ਚੁਗਲੀਆਂ ਕਰਨੀਆਂ ਸੀ, ਪਰ ਨਾ ਜੀ ਇਹ ਹੁਣ ਹਟ ਗਿਆ। ਮੈਨੂੰ ਲੱਗਦਾ ਵੀ ਉਹਨੂੰ ਉਹ ਮਿਲ ਗਿਆ, ਭਾ ਮਨ ਦੀ ਸ਼ਾਂਤੀ ਮਿਲ ਗਈ, ਤਾਂ ਹੀ ਨੀ ਮੁੜਿਆ। ਫਿਰ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ, 2 ਮਹੀਨੇ ਹੋ ਗਏ, 3 ਮਹੀਨੇ ਹੋਏ, ਜਦੋਂ ਹੋਇਆ ਨਾ 3ਜਾ ਮਹੀਨਾ, ਫਿਰ ਇਹ ਉਦੋਂ ਵਾਪਸ ਆਇਆ। ਗੁਰਮੁਖ ਪਿਆਰਿਓ, ਤੇ ਹੁਣ ਇਹ ਉਹ ਨੀ ਸੀ ਜਿਹੜਾ ਪਹਿਲਾਂ ਚੁਗਲੀ ਨਿੰਦਿਆ ਦੇ ਵਿੱਚ ਹੋ ਕੇ ਆਪਦਾ ਜੀਵਨ ਗਲਤ ਕਰ ਰਿਹਾ ਸੀ। ਅੱਜ ਜਦੋਂ ਮੁੜਿਆ ਨਾ, ਤੇ ਬਹੁਤ ਚੰਗਾ ਜੀਵਨ ਹੋ ਗਿਆ ਇਹਦਾ, ਇੰਨਾ ਚੰਗਾ ਕਿ ਗੁਰਮੁਖ ਪਿਆਰਿਓ ਹੁਣ ਇਹਦੇ ਵਿੱਚ ਵੱਖਰੀ ਹੀ ਸ਼ਾਂਤੀ ਸੀ। ਜਦੋਂ ਇਹ ਆ ਕੇ ਬੋਲਿਆ ਨਾ, ਚੰਗਾ ਹੀ ਬੋਲਿਆ, ਤੋਲ ਕੇ ਬੋਲਿਆ, ਸੋਚ ਕੇ ਬੋਲਿਆ। ਸਾਰੇ ਕਹਿਣ ਬੰਦੇ ਦਾ ਸਰੀਰ ਉਹੀ ਆ, ਨੈਣ ਨਕਸ਼ ਉਹੀ ਆ, ਪਰ ਬਦਲਿਆ ਬਦਲਿਆ ਕਿਉਂ ਲੱਗਦਾ? ਬੰਦਾ ਆਪਦੇ ਸੁਭਾਅ ਕਰਕੇ ਬਦਲਿਆ ਲੱਗਦਾ ਨਾ ਆਪਾਂ ਨੂੰ। ਜਿਹੜਾ ਬਹੁਤ ਬੋਲਦਾ ਹੋਵੇ, ਸ਼ਾਂਤ ਰਹਿਣ ਲੱਗ ਜਾਏ, ਆਪਾਂ ਨੂੰ ਤਾਂ ਬਦਲੇ ਹੀ ਲੱਗੂ ਨਾ। ਫਿਰ ਸਭ ਤੋਂ ਪਹਿਲਾਂ ਚੇਲਿਆਂ ਨੂੰ ਮਿਲਿਆ, ਜਦੋਂ ਰਸਤੇ ਵਿੱਚ ਆਉਂਦਾ ਹੋਇਆ ਪੁੱਛਿਆ ਮਹਾਤਮਾ ਜੀ ਕਿੱਥੇ ਆ, ਮਹਾਤਮਾ ਜੀ ਕੋਲ ਚਲਾ ਗਿਆ, ਜਾ ਕੇ ਚਰਨਾਂ ਤੇ ਢਹਿ ਪਿਆ, ਦੱਸ ਦਿੱਤਾ। ਕਹਿਣ ਲੱਗਾ ਜੀ ਦੱਸੋ, ਮੇਰਾ ਸੰਕਲਪ ਅੱਜ ਵੀ ਉਵੇਂ ਆ, 3 ਮਹੀਨੇ ਮੈਨੂੰ ਹੋ ਗਏ ਆ, ਮੈਂ ਇੱਥੇ ਇੰਨੀ ਨਿੰਦਿਆ ਚੁਗਲੀ ਕਰਦਾ ਸੀ, ਮੈਨੂੰ ਲੱਗਦਾ ਸੀ ਮੈਂ ਹੀ ਸੱਚਾ ਹਾਂ, ਪਰ ਮੈਂ ਕਿੰਨਾ ਗਲਤ ਸੀ, ਇਸ ਗੱਲ ਦਾ ਬੋਧ ਮੈਨੂੰ ਬਿਲਕੁਲ ਵੀ ਨਹੀਂ ਸੀ, ਇਸ ਕਰਕੇ ਮਹਾਤਮਾ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਹੁਣ ਇਹ ਗੱਲ ਦੱਸੋ ਕਿ ਅਜੇ ਵੀ ਸੰਕਲਪ ਮੇਰਾ ਬਾਕੀ ਹੈ। ਮਹਾਤਮਾ ਜੀ ਕਹਿੰਦੇ ਦੇਖ ਭਾਈ, ਪਹਿਲਾਂ ਤੇਰੇ ਜੀਵਨ ਵਿੱਚ ਤੇ ਹੁਣ ਵਾਲੇ ਜੀਵਨ ਵਿੱਚ ਬਹੁਤ ਫਰਕ ਆ। ਕਹਿਣ ਲੱਗਾ ਜੀ ਬਿਲਕੁਲ, ਪਹਿਲਾਂ ਜਦੋਂ ਮੈਂ ਇੱਥੋਂ ਗਿਆ ਨਾ, ਇਕੱਲਾ ਜਦੋਂ ਬੈਠਾ ਜੰਗਲ ਵਿੱਚ ਜਾ ਕੇ, ਸੋਚਿਆ ਮਨਾ ਤੂੰ ਕਿੰਨਾ ਬੋਲਦਾ, ਕਿੰਨਾ ਬੋਲੀ ਜਾਂਦਾ, ਵਾ ਤਵਾ ਬੇਵਜ੍ਹਾ ਕੋਈ ਫਾਲਤੂ ਗੱਲਾਂ, ਫਾਲਤੂ ਵਿਚਾਰ ਮੈਂ ਆਪਦੇ ਮਨ ਨੂੰ ਦੇਖਿਆ। ਬਾਣੀ ਵਿੱਚ ਵੀ ਕਹਿੰਦੇ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਤਾਂ ਆਪਦੇ ਆਪ ਨੂੰ ਪਰਖਿਆ ਵੀ ਕਿੰਨੇ ਫਾਲਤੂ ਵਿਚਾਰ ਮੇਰੇ ਮਨ ਚ ਆਉਂਦੇ ਆ, ਤੇ ਮੈਂ ਕਿਵੇਂ ਬਾਹਰ ਕੱਢ ਦਿੰਦਾ ਸੀ ਇਹਨਾਂ ਨੂੰ। ਮੇਰਾ ਬਿਲਕੁਲ ਵੀ ਮਨ ਤੇ ਕੰਟਰੋਲ ਨਹੀਂ ਸੀ, ਤੇ ਅੱਜ ਦੇਖੋ ਮੈਂ ਭਾਵ ਤੋਲ ਕੇ ਬੋਲਦਾ, ਕਿਹੜੀ ਗੱਲ ਕਹਿਣੀ ਆ ਕਿਹੜੀ ਗੱਲ ਨਹੀਂ ਕਹਿਣੀ,
ਇਹ ਮੈਂ ਸੋਚਦਾ। ਪਹਿਲਾਂ ਮੈਂ ਇੱਕ ਦੂਜੇ ਦੀ ਨਿੰਦਿਆ ਕਰੀ ਜਾਣੀ, ਬਹੁਤ ਮਾੜਾ ਜੀਵਨ ਮੇਰਾ ਰਿਹਾ, ਮਹਾਂਪੁਰਖੋ ਮੈਨੂੰ ਮਾਫ ਕਰ ਦੋ। ਮੈਨੂੰ ਆਪਣੇ ਤੇ ਗਲਾਨੀ ਆ ਵੀ ਰੱਬ ਵੱਲੋਂ ਮਿਲੇ ਹੋਏ ਦਿਨ ਛਾਲਾਂ ਮਾਰਦੇ ਲੰਘ ਜਾਂਦੇ ਆ, ਤੇ ਮੈਂ ਦੇਖੋ ਕੀ ਕਰਦਾ ਸੀ। ਜੋ ਦੇ ਲੱਦੇ ਗਾਣ ਵੇ ਗਏ ਵਿਲਾੜ ਵਿਲਾੜ, ਬਾਬਾ ਫਰੀਦ ਜੀ ਵੀ ਕਹਿੰਦੇ ਆ ਰੱਬ ਵੱਲੋਂ ਮਿਲੇ ਹੋਏ ਦਿਨ ਛਾਲਾਂ ਮਾਰਦੇ ਲੰਘ ਜਾਂਦੇ ਆ, ਬੰਦੇ ਨੂੰ ਪਤਾ ਨੀ ਲੱਗਦਾ ਜਿੰਦਗੀ ਬੜੀ ਛੋਟੀ ਹੁੰਦੀ ਆ। ਇਸ ਕਰਕੇ ਉਹ ਮਹਾਤਮਾ ਜੀ ਫਿਰ ਕਹਿਣ ਲੱਗੇ ਕਿ ਬੰਦੇ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਉਹਦੇ ਵਿੱਚ ਅਸੀਂ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ, ਅਸੀਂ ਕਿਸੇ ਨੂੰ ਦਿਖਾਉਣ ਲਈ ਕਿ ਅਸੀਂ ਕੀ ਹਾਂ ਕੌਣ ਹਾਂ ਬਹੁਤਾ ਬੋਲਣ ਲੱਗ ਜਾਂਦੇ ਹਾਂ ਵੀ ਇਹ ਬੰਦਾ ਮੇਰੀ ਸੁਣੇ ਤੇ ਮੈਨੂੰ ਗਿਆਨੀ ਸਮਝੇ, ਤਾਂ ਏਦਾਂ ਸਾਨੂੰ ਨਹੀਂ ਕਰਨਾ ਚਾਹੀਦਾ ਕਦੇ ਵੀ, ਕਿਉਂਕਿ ਸਾਨੂੰ ਜਦੋਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਦੂਜੇ ਨੂੰ ਵੀ ਮੌਕਾ ਦੇਣਾ ਚਾਹੀਦਾ। ਤਾਂ ਇਹ ਗਲਤੀਆਂ ਜਿਹੜੀਆਂ ਸਾਡੇ ਤੋਂ ਹੁੰਦੀਆਂ ਇਹ ਅੱਗੇ ਜਾ ਕੇ ਬਹੁਤ ਵੱਡਾ ਕਾਰਨ ਬਣ ਜਾਂਦੀਆਂ ਕਿ ਅਸੀਂ ਆਪਣਾ ਰਿਸ਼ਤਾ ਖਰਾਬ ਕਰ ਲੈਂਦੇ। ਜਿਵੇਂ ਉਹ ਭਿਕਸ਼ੂ, ਉਹਨੂੰ ਪਤਾ ਲੱਗ ਗਿਆ ਵੀ ਮੇਰੀਆਂ ਗਲਤੀਆਂ ਦਾ ਕਾਰਨ ਮੇਰਾ ਵੱਧ ਬੋਲਣਾ ਹੀ ਸੀ, ਮੈਂ ਕਿਵੇਂ ਦੂਜਿਆਂ ਨੂੰ ਨਿੰਦਦਾ ਸੀ ਆਪਦੇ ਆਪ ਨੂੰ ਸਲਾਉਂਦਾ ਸੀ। ਤਾਂ ਭੁੱਲ ਕੇ ਕਦੇ ਵੀ ਇਹ ਗੱਲ ਨਹੀਂ ਕਰਨੀ ਜੋ ਗਲਤੀ ਉਹ ਬੰਦੇ ਨੇ ਕੀਤੀ ਆ। ਫਿਰ ਮਹਾਤਮਾ ਜੀ ਕਹਿੰਦੇ ਵੀ ਬੰਦੇ ਦੀ ਊਰਜਾ ਖਤਮ ਹੁੰਦੀ ਆ ਵੱਧ ਬੋਲਣ ਦੇ ਨਾਲ, ਜਿਉਂ ਜਿਉਂ ਅਸੀਂ ਵੱਧ ਬੋਲੀ ਜਾਂਦੇ ਹਾਂ ਤਿਵੇਂ ਤਿਵੇਂ ਸਾਡੀ ਊਰਜਾ ਖਤਮ ਹੋਈ ਜਾਂਦੀ ਹੈ। ਤਾਂ ਸਾਨੂੰ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ। ਤਾਂ ਗੁਰਮੁਖ ਪਿਆਰਿਓ, ਜੇ ਤੁਸੀਂ ਇਹੋ ਜਿਹਾ ਕੁਝ ਕਰ ਰਹੇ ਹੋ ਤਾਂ ਕਦੇ ਵੀ ਭੁੱਲ ਕੇ ਅੱਜ ਤੋਂ ਬਾਅਦ ਨਾ ਕਰਨਾ, ਨਹੀਂ ਤਾਂ ਤੁਹਾਡੇ ਰਿਸ਼ਤਿਆਂ ਵਿੱਚ ਦਰਾਰ ਪੈ ਜਾਏਗੀ। ਫਿਰ ਉਹ ਜਿਹੜਾ ਆਇਆ ਹੋਇਆ ਪਤੀ ਸੀਗਾ ਉਹਨੂੰ ਕਹਾਣੀ ਸੁਣਾਈ ਸੀ ਇਹ ਸਾਰੀ ਵੀ ਭਾਈ ਇਹਦਾ ਹੱਲ ਇਹੀ ਆ ਵੀ ਦੂਜੇ ਨੂੰ ਸੁਣਿਆ ਜਾਵੇ। ਹੁਣ ਤਾਂ ਤੇਰਾ ਵਿਆਹ ਉਹ ਲੜਕੀ ਨਾਲ ਹੋ ਚੁੱਕਾ, ਤੈਨੂੰ ਹੀ ਸਬਰ ਰੱਖਣਾ ਪਵੇਗਾ, ਉਹਦੀ ਆਦਤ ਪੱਕ ਜਾਵੇਗੀ, ਪੱਕੀ ਹੋਈ ਆ ਤੇ ਬਦਲੇਗੀ ਨਹੀਂ, ਹੌਲੀ ਹੌਲੀ ਬਦਲੇਗੀ। ਜਿਵੇਂ ਕੋਈ ਸ਼ਰਾਬੀ ਸ਼ਰਾਬ ਪੀਂਦਾ ਆਦਤ ਨਹੀਂ ਛੱਡ ਸਕਦਾ, ਉਸ ਤਰ੍ਹਾਂ ਜੋ ਲੜਨ ਵਾਲਾ ਹੈ ਕਲੇਸ਼ ਪਾਉਣ ਵਾਲੀ ਬੀਬੀ ਆ ਰੋਜ਼ ਉਹ ਕਿਵੇਂ ਆਪਣੀ ਆਦਤ ਇੱਕ ਦਿਨ ਵਿੱਚ ਛੱਡ ਦੇਵੇਗੀ, ਤਾਂ ਹੌਲੀ ਹੌਲੀ ਉਹਦੀ ਆਦਤ ਜਾਂਦੀ ਰਹੇਗੀ। ਤੂੰ ਪਰਮਾਤਮਾ ਅੱਗੇ ਅਰਦਾਸ ਕਰ ਉਹਦਾ ਸੁਭਾਅ ਬਦਲੇ। ਇਸ ਤਰ੍ਹਾਂ ਮਹਾਂਪੁਰਖਾਂ ਨੇ ਗਾਥਾ ਕਹੀ ਆ ਭਾਈ। ਤਾਂ ਇਹ ਆਦਤਾਂ ਜਦੋਂ ਵੱਡੀਆਂ ਹੋ ਜਾਂਦੀਆਂ ਨਾ ਇਹਨਾਂ ਨੂੰ ਬਦਲਣਾ ਬਹੁਤ ਔਖਾ, ਇਸ ਕਰਕੇ ਚੰਗੀ ਆਦਤ ਹੀ ਪਕਾਓ, ਮਾੜੀ ਆਦਤ ਪੱਕਣੀ ਨਾ ਦਹੋ। ਤੇ ਅਵਾ ਤਬਾ ਬੋਲਣਾ, ਬੇਵਜ੍ਹਾ ਬੋਲਣਾ, ਐਵੇਂ ਬੋਲੀ ਜਾਣਾ, ਝੂਠ ਬੋਲਣਾ, ਮਿੱਥ ਬੋਲਣਾ, ਜੀ ਬਹੁਤ ਪਾਪ ਕਰਦੀ ਆ, ਇਹਦੇ ਤੋਂ ਬਚ ਕੇ ਰਹੋ ਜਿੰਨਾ ਹੋ ਸਕਦਾ। ਇਹ ਮਹਾਂਪੁਰਖਾਂ ਨੇ ਉੱਥੇ ਕਹਾਣੀ ਸੁਣਾਈ। ਉਮੀਦ ਕਰਦਾ ਆਪ ਜੀ ਨੇ ਕਹਾਣੀ ਇਹ ਸਾਰੀ ਸੁਣ ਲਈ ਆ, ਸਿੱਟਾ ਇਹਦਾ ਇਹੀ ਆ, ਸਿੱਖਿਆ ਇਹੀ ਮਿਲਦੀ ਆ, ਸੰਕੋਚ ਕੇ ਬੋਲੋ, ਊਰਜਾ ਇੰਨੀ ਖਤਮ ਨਾ ਕਰੋ ਆਪਦੀ, ਸਾਹਮਣੇ ਵਾਲੇ ਨੂੰ ਵੀ ਮੌਕਾ ਦਿਓ ਭਾਈ। ਇਹੀ ਚੰਗੀ ਗੱਲਬਾਤ ਦਾ ਰਹੱਸ ਆ। ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।